चैनल इंडिया क्राइम न्यूज़ देख रहे सारे दर्शकों का मेरे वालों स्वागत। मैं हाँ रिंकू राजा, मेरे नाल पंजाब ब्यूरो चीफ मैडम नरेंद्र कौर परिवाल। इस वेले दी एक वड्डी खबर जिला गुरदासपुर के कस्बा डेरा बाबा नानक तो सामने आ रही है, जिथे दो धरां दे विच होई खूनी चट दे विच एक 40 साल व्यक्ति की सट लगन कारण मौत हुई है। तुहानू दस दिने आ जानकारी दिंदिया, मृतक नरेंद्र सिंह दे परिवारक मैंबरां ने दस्सिया कि नरेंद्र सिंह अपने घर के बाहर ही खेतों में काम कर रहा सी, एक डेरे ते रहिंदे हन। जदों कि इस दौरान बलकार सिंह, जगजीत सिंह अते कुछ होर व्यक्तियों ने उस ते हमला किया, तेज़धार हथियारां नाल वार किए गए अते कही दे एक टप लगन नाल उहदे सिर दे विच जख्म होया, जिस करके उसकी मौके पर मौत हो गई। उन्होंने दस्सिया कि कुछ दिन पहला बलकार सिंह ते नरेंद्र सिंह की किसी गल तो तकरार हुई सी, जिस दे रंजिश दे चलदियां ये अज हमला किया गया। उन्होंने इंसाफ की मंग की है। उधर मौके पर पहुंचे SHO सरदार अवतार सिंह ने दसिया कि मृतक के परिवारक मैंबरां के बयान के आधार पर केस दर्ज किया जाएगा और कार्रवाई की जाएगी। फिलहाल की ताज़ा खबर तुहानू दस रहे हैं कि डेरा बाबा नानक तो खबर सामने आ रही है, 40 साल व्यक्ति की एक झगड़े दौरान मौत हुई है। वेखते रहो चैनल इंडिया क्राइम न्यूज़। ਨਕੌਰਿਆ ਮੈਂ ਨਿੰਦਰ ਦੀ ਭਾਬੀ ਆ। ਮੈਂ ਜਦੋਂ ਵੇਖਿਆ ਆਪਣੀ ਛੱਤ ਤੇ ਕੱਪੜੇ ਸੁੱਕਣੇ ਪਾਉਣ ਗਈ ਕਿ ਇੱਥੇ ਰੌਲਾ ਪੈਂਦਾ, ਮੈਂ ਭੱਜ ਕੇ ਆਈ ਆ। ਜਿਨੇ ਚਿਰ ਨੂੰ ਮੈਂ ਆਈ ਮੇਰਾ ਦੇਰ ਫੋਨ ਕਰਦਾ ਤੁਰਿਆ ਆਉਂਦਿਆ ਵਾ। ਇਹਨਾਂ ਨੇ ਪਿੱਛੋਂ ਭਰਾ ਪਿਓ ਨੇ ਤੇ ਜੱਗਿਆ, ਜਿਹੜਾ ਪ੍ਰਭਜੀਤ ਆ ਇਹਦੇ ਪਿਓ ਨੇ ਬਲਕਾਰ ਸਿੰਘ ਨੇ ਤੇ ਭਰਮਈਏ ਦਲੇਰ ਨੇ ਨਲਕਾਰਾ ਮਾਰਿਆ ਵੀ ਇਹਨੂੰ ਫੜ ਲਓ, ਅੱਜ ਇਹਨੂੰ ਇਹਦਾ ਕੰਮ ਮੁਕਾ ਦੇਣਾ। ਪ੍ਰਭਜੀਤ ਦੀ ਘਰ ਦੀ ਨੇ ਦਾਤਰ ਫੜਾਇਆ, ਪ੍ਰਭ ਨੇ ਟੱਪ ਮਾਰਿਆ ਵਾ, ਮਗਰੋਂ ਜਗਜੀਤ ਉਹਦਾ ਭਰਾ ਛੋਟਾ ਉਹਨੇ ਕਈ ਦਾ ਟੱਪ ਮਾਰਤਾ ਵਾ। ਉੱਥੇ ਢੇਰੀ ਕਰਕੇ ਸੁੱਟ ਗਏ, ਅਸੀਂ ਵਹਿੰਦੇ ਹੀ ਰਹਿ ਗਏ। ਮੇਰੇ ਦੇਰ ਦੀ ਲੜਾਈ ਦਾ ਕਾਰਨ ਮਾੜਾ ਮੋਟਾ ਪਾਣੀ ਦੀ ਤੋਂ ਹੋਇਆ ਵਾ, ਪਾਣੀ ਲਾਉਣ ਲਾਉਣ ਤੋਂ ਹੀ। ਕੋਈ ਗੱਲ ਨਹੀਂ, ਕੋਈ ਲੜਾਈ ਦਾ ਵਿਓ ਨਹੀਂ ਸਾਡਾ। ਉਹਨਾਂ ਦੇ ਨਾਲ ਤਿੰਨ ਬੰਦੇ ਅਣਪਛਾਤੇ ਟਰੈਕਟਰ ਤੇ ਆਏ ਆ, ਉਹ ਪਿੱਛੇ ਦੇ ਪਿੱਛੇ ਭੱਜ ਗਏ। ਮੈਂ ਉਹਨਾਂ ਨੂੰ ਵੇਖ ਨਹੀਂ ਸਕੀ, ਜਦੋਂ ਮੇਰਾ ਦੇਰ ਨਾਲ ਸੁੱਟਤਾ ਮੈਨੂੰ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਮੇਰੇ ਮੈਂ ਮੌਕੇ 'ਤੇ ਉੱਥੇ ਗਵਾਂ, ਉਹਦੀ ਮੌਕੇ 'ਤੇ ਨਹੀਂ ਹੋਈ, ਥੋੜ੍ਹਾ ਸਹਿਕਦਾ ਵਾ। ਜਦੋਂ ਆਪਾਂ ਪਾ ਕੇ ਛੇਤੀ ਛੇਤੀ ਉਹਨੂੰ ਗੱਡੀ 'ਤੇ ਲੈ ਗਏ ਹਾਂ ਫਤਿਹਗੜ੍ਹ, ਉੱਥੋਂ ਸਾਨੂੰ ਉਹਨਾਂ ਐਂਬੂਲੈਂਸ ਦੇ ਵਿੱਚ ਉੱਥੇ ਗੁਰੂ ਨਾਨਕ ਹੋਸਪਿਟਲ ਭੇਜਤਾ। ਉੱਥੇ ਡੈਥ ਹੋਈ ਰਾਤ ਨੂੰ, ਰਾਤ 11:30। ਪ੍ਰਸ਼ਾਸਨ ਤੋਂ ਇਹੋ ਮੰਗ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਏ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡਾ ਬੰਦਾ ਨਹੀਂ ਆਉਣਾ, ਪਰ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਸਾਡੇ ਨਾਲ ਜੋ ਧੱਕੇ ਚਾਹੀ ਹੋਈ ਆ, ਸਾਡੇ ਵਹਿੰਦੇ ਅੱਖਾਂ ਦੇ ਸਾਹਮਣੇ ਉਹਨਾਂ ਮਾਰ ਕੇ ਸੁੱਟ ਦਿੱਤਾ ਸਾਡਾ ਦੇਰ। ਇੱਕੋ ਹੀ ਬੇਟਾ ਵਾ, ਉਹ ਵੀ ਘਰ ਨਹੀਂ ਸੀ, 4 ਦਿਨ ਤੋਂ ਵਾਂਢੇ ਗਿਆ ਸੀ। ਮੈਂ ਜਿਹੜੀ ਉਹਦੀ ਭਾਬੀ, ਉਹਦਾ ਭਰਾ ਵੀ ਫਤਿਹਗੜ੍ਹ ਗੱਡੀ ਖਲਾਈ ਸੀ, ਕੰਮ ਕਰਾਉਣ ਡਏ ਸੀ ਗੱਡੀ ਦਾ। ਮੈਂ ਇਕੱਲੀ ਘਰ ਸੀ, ਘਰ ਦੀ ਉਹਦੀ ਅੰਦਰ ਸੁੱਤੀ, ਉਹਨੂੰ ਕੋਈ ਪਤਾ ਹੀ ਨਹੀਂ ਕਿ ਉਹਦੇ ਬੂਹੇ ਅੱਗੇ ਕੀ ਵਾਰਾ ਘਾਰਾ ਵਾਪਰ ਗਿਆ ਵਾ। ਗੁਰਮੀਤ ਕੌਰ ਮੇਰਾ ਇੱਕੋ ਹੀ ਬੇਟਾ ਜੇ, ਇਹਨਾਂ ਸ਼ਰਿਆਂ ਉੱਥੇ ਕਤਲ ਕੀਤਾ। ਕਿੰਨਾ ਕੀਤਾ? ਮੇਰੇ ਚਾਚਿਆਂ ਨੇ, ਚਾਚਾ ਦੋ ਦੇ ਬੇਟੇ ਜੇ ਨਾਲ, ਹਾਏ ਇੱਕ ਜਵਾਈ ਜੇ, ਇੱਕ ਉਹਦੀ ਫੌਜੀ ਦੀ ਘਰ ਦੀ ਜੇ। ਇਹਨਾਂ ਨੇ, ਮੈਂ ਕਹਿਣਾ ਚਾਹੁੰਦੀ ਹਾਂ ਮੈਨੂੰ ਇਨਸਾਫ ਚਾਹੀਦਾ ਜੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਕੁਝ ਨਹੀਂ ਜੇ ਚਾਹੀਦਾ ਹੋਰ। ਹਾਏ ਮੈਨੂੰ ਇਨਸਾਫ ਦਿਓ। ਇਹ ਨਰਿੰਦਰ ਸਿੰਘ ਦਾ ਆਪਣੇ ਚਾਚੇ ਦੇ ਪੁੱਤਰ ਨਾਲ ਮਾੜਾ ਜਿਹਾ ਪਾਣੀ ਦਾ ਤਕਰਾਰ ਸੀਗਾ। ਨਰਿੰਦਰ ਸਿੰਘ ਦਾ ਇਹ ਮੂਡ ਨਹੀਂ ਸੀ ਮੈਂ ਝਗੜਾ ਕਰਨਾ, ਪਰ ਉਹਨਾਂ ਨੇ ਆਪਣਾ ਵਿਉਂਤ ਬਣਾਏ ਨਰਿੰਦਰ ਬਲਕਾਰ ਸਿੰਘ ਨੇ ਅਤੇ ਉਹਦੇ ਮੁੰਡਿਆਂ ਨੇ ਵੀ ਸਾਨੂੰ ਮਾਰਨਾ ਹੀ ਮਾਰਨਾ ਹੈ। ਦੋ ਤਿੰਨ ਬੰਦੇ ਉਹਨਾਂ ਹੋਰ ਨਾਲ ਸੱਦਿਆ ਨੇ, ਉਹਨਾਂ ਦਾ ਨਾਂ ਦਾ ਨਹੀਂ ਪਤਾ, ਉਹ ਪਿੱਛੇ ਟਰੈਕਟਰ ਲੈ ਕੇ ਭੱਜ ਗਏ ਨੇ। ਇਹਨਾਂ ਨਾਲ ਕੇ ਉਹ ਬੂਹੇ ਨੂੰ ਵਿਚਾਰਾ ਘਰ ਨੂੰ ਭੱਜਿਆ ਵਾ। ਇਹਨਾਂ ਰਸਤੇ ਵਿੱਚ ਆਣ ਕੇ ਉਹਦੀ ਸਰਬਜੀਤ ਦੇ ਘਰ ਦੀ ਨੇ ਦਾਤਰ ਫੜਾਇਆ। ਸਰਬਜੀਤ ਨੇ ਪ੍ਰਭਜੀਤ ਨੇ ਪ੍ਰਭਜੀਤ ਦੇ ਘਰ ਦੀ ਨੇ ਦਾਤਰ ਫੜਾਇਆ। ਇਹ ਪ੍ਰਭਜੀਤ ਨੇ ਦਾਤਰ ਮਾਰਤਾ, ਪਿੱਛੇ ਉਹ ਡਿੱਗ ਪਿਆ। ਉਹਦੇ ਭਰਾ ਸੁੱਟੇ ਜਗਜੀਤ ਸਿੰਘ ਨੇ ਮੁੜ ਕੇ ਕਈ ਦਾ ਟੱਪ ਮਾਰਤਾ, ਉਹ ਉੱਥੇ ਥਾਂ ਦੇ ਉੱਤੇ ਉਹਦਾ ਦਫਾ ਦੋ ਫਾੜ ਕਰ ਦਿੱਤਾ। ਉਸੇ ਵੇਲੇ ਉਹ ਪਿੱਛੇ ਭਣਵਈਆ ਸੀ ਅਤੇ ਬਲਕਾਰ ਸਿੰਘ ਨੇ ਲਲਕਾਰਾ ਮਾਰਿਆ ਵੀ ਇਹਨੂੰ ਛੱਡਣਾ ਨਹੀਂ, ਇਹਨੂੰ ਅੱਜ ਮਾਰ ਹੀ ਦੇਣਾ ਹੈ। ਉਸੇ ਉਹ ਡਿੱਗ ਪਿਆ ਵਿਚਾਰਾ, ਜਾਂ ਕੁੜੀਆਂ ਨੇ ਫੜ ਫੜ ਕੇ ਉਹਨੂੰ ਅੰਦਰ ਕੀਤਾ। ਅਸੀਂ ਮੁੜੇ ਗੱਡੀ 'ਤੇ ਪਾ ਕੇ ਉਹਨੂੰ ਫਤਿਹਗੜ੍ਹ ਲੈ ਗਏ ਹਾਂ। ਫਤਿਹਗੜ੍ਹ ਉਹ ਜ਼ਰੂਰ ਹਸਪਤਾਲ, ਉੱਥੇ ਉਹਨਾਂ ਪੱਟੀ ਪੱਟੀ ਮਾਰੀ ਕਰਕੇ ਸਾਨੂੰ ਐਬੂਲੈਂਸ ਵਿੱਚ ਭਾਲਤਾ ਵੀ, ਜਿਹੜੇ ਅੰਮ੍ਰਿਤਸਰ ਲੈ ਗਏ ਹਾਂ। ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ ਵਿੱਚ ਰਾਤ ਦੇ 11 ਜਾ ਕੇ ਮੌਤ ਹੋ ਗਈ ਹੈ। ਹਾਂਜੀ ਸਰ, ਪਿੰਡ ਲਕੋਸਾਂ ਦੇ ਵਿੱਚ ਇੱਕ ਕਤਲ ਦੀ ਘਟਨਾ ਵਾਪਰੀ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ? ਉਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ, ਇੱਦਾਂ ਇਹਨਾਂ ਦੀ ਵੱਟ ਤੋਂ ਆੜ ਅਤੇ ਪਾਣੀ ਤੋਂ ਲੜਾਈ ਹੋਈ ਆ, ਅਤੇ ਜਿਹੜਾ ਇੱਕ ਬੰਦਾ ਗੁਰੂ ਨਾਨਕ ਹਸਪਤਾਲ ਦਾਖਲ ਆ, ਅਤੇ ਉਹਦੇ ਜਿਹੜੀ ਆ ਰਾਤੀ ਜਿਹੜੀ ਆ 1 ਤੋਂ 12 ਵਜੇ ਦੇ ਕਰੀਬ ਜਿਹੜੀ ਆ ਮੌਤ ਹੋ ਗਈ ਆ।
तो वो जो अं संबंध में जी इन्हों के बयान के आधार पर वो भरा निर्मल सिंह के मुकदमा दर्ज करता दोषियों जो रेड कांडे फड़ लेने नहीं जी गिरफ्तार करना किन्ने दोषी नामजद किए सर पांच दोषी बाई नेम है तो एक दोषी जरा अनोन है कि धारा तहत 302 148 IPC तहत दर्ज करता है। इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज।